ਨਾਨੀ ਗੁਜਰ ਆ ਗਿਆ ਜੀ ਸੇ ਤੋਂ ਆਪਣਾ ਨਾਮ ਇਨਾਮ ਦੇਵੇ ਜੀ ਅਨੋਰ ਮੰਗਰ ਸੇ ਦੀ ਤਰਫੋਂ ਨੋਟਾਂ ਦੀ ਵਾਰ ਸੀ ਲਾ ਜੀ ਦੋ ਦੋ ਮਿੰਟ ਬਾਅਦ ਉਹਨੂੰ ਵੀ ਮੌਕਾ ਦੇ ਬੋਲਣ ਦਾ ਬੋਲ जल्दी शुरू करो मेहरबानी ला जी कबड्डी के उत्ते यंग प्लेयर है मुंडा बहुत वड्डी दलेरी रखदा मैदान दे विच धावा बोलण वास्ते मूहरे पास गुजर है कन्नी ते दूजी दे खड़ा खलील और खलील ना होया मुकाबला इस वेले नौजवान इको जे कद काठ इको जी जिंद जान आए हाय लग जू पता जे खादियां खरा कदे मारे होए डंड बैठ करदा इना ग्राउंडा विच चलदा पता कि किना ने कीतियां मेहनतां किना ने ला के फूना दे पैकेज मेरा एवें निकालिया मुकाबला बड़ा टाटा हाय हाय बिलकुल हंदिया दे नेड़े आ नहीं रिसा तेरिया खेड मैदान तगड़ी कबड्डी का मालिक थप्पे थप्पे दे पाटा आओ वेखो मुंडा कहिंदे मूरे होया नहीं रिसा तेरिया पर राशिद नौजवान आदल गिल चल भी बबर शेरा हनान गुजर एक कन्नी ते शाहीन पाकिस्तान राणा अली शान दूजी दे खड़ा मानी जट पाकिस्तान आर्मी देखदे आ किहड़े सूरमे नाल हुंदी आ टक्कर किहड़े किहड़े ले हिस्से आउण दे भरे मेले विच ताड़ियां शकीला जट ए जट जिहदा नां गोरियां ने भी अपनियां बाहां ते लिखाया मार दे ताड़ी हाय 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 कबड्डी खेड मैदान अगला धावा बोलने वास्ते मुंडा कहिंदे हाफिज अदनान जट्टा खेड मैदान धावा बोलता हुआ इत्थे साडे जनाब इंशाला राणा अमजद साहब केसी होटल आले इंशा तगड़े नमाज दे रहे ने उमर गुजर जनाब आदल गिल खेड मैदान बहुत तगड़ा रेडर सदके जावा यूएसए रॉयल किंग दा बबर शेर देखदे आ किदना हुंदी है टक्कर एक कनी दे नौजवान खड़ा इस वेले आ वेखो कहिंदे मुंडा लगा मुरो साडे इंशाला जिला टोपे दी धरती दा बहुत ही तेज ते तरार कबड्डर आ इहनूं कहिंदे आ उमर गुजर पाकिस्तान बार्डर नाल तल्लुक आ मुंडे दा लो जी मानी जट लगा 320 वाला पाकिस्तान आर्मी नाल मुंडे दे कहिंदे तल्लुक जुड़े हुए ने और वेखदे जनाब राशिद जट दा शागिर्दा उस्ताद जुल्फकार जट दा बबर शेर आ हाय हाय आ जांदा ही हाफिज़ फरियाद तारी साहब दा जनाब एक बार फिर सरदार शाह मनीर साहब और राणा अमजद साहब और इंशाला साडे जिन्हें भी कबड्डी वेखने वाले अज्ज दे उच्चे उच्चे प्रौणे आ इनामा दे रहे अपना इनाम लाया यार इधर आ गए उमर गुजर सरदार शाह साहब उमर गुजर पाकिस्तान बाबा जी इनाम हासिल करो जी उधर जापी लग गया जी मलिक राशिद जी राणा हारिस जी ਹੁਣੇ ਅਮਜਦ ਦੇ ਭਤੀਜਾ ਜੀ ਰਾਣਾ ਹਾਰਿਸ ਸੇ ਵੈਲਕਮ ਜੀ ਬੜੀ ਮਿਹਰਬਾਨੀ ਇੰਤਹਾਈ ਸ਼ੁਕਰੀਆ ਮੇਰੇ ਵਾਸਤੇ 1000 ਰੁਪਿਆ ਜੀ ਵਾਸਤੇ
ਹਨਾਨੀ ਕੁਚਰ ਜੀ ਕਹਿੰਦਾ ਜੱਫੀ ਘੁੱਟ ਕੇ ਜੇ ਪਾਵੇਂ ਇੱਕ ਵਾਰ ਗੁਜਰਾ ਇਹ ਜੱਫੀ ਪਾਉਣ ਦਾ ਟਾਈਮ ਨਹੀਂ ਉਹਨੇ ਕਿਹਾ ਮੈਂ ਰੇਡ ਪਾਉਣ ਵਾਸਤੇ ਗਿਆ ਹਨਾਨੀ ਗੁਜਰ ਦੀ ਪਈ ਹੋਈ ਰੇਡ ਖੇਡ ਮੈਦਾਨ ਦੇ ਵਿੱਚ ਚਾਰ ਜਾਫੀਆਂ ਤੇ ਬੋਲਦਾ ਹੋਇਆ ਧਾਵਾ ਦੇਖਾਂਗੇ ਕਿਹਦੇ ਨਾਲ ਹੁੰਦੀ ਹੈ ਟੱਕਰ ਮੁੰਡੇ ਦੀ ਅੱਗੇ ਬੜੇ ਤਗੜੇ ਜਾਫੀ ਮਾਨੀ ਦੇ ਨਾਲ ਹੋਈ ਹੈ ਟੱਕਰ ਜੀ ਹਨਾਨੀ ਸਾਹਿਬ ਪਾਕਿਸਤਾਨ ਸ਼ਹਿਜ਼ਾਦ ਅਕਬਰ ਡੋਗਰ ਟਿੱਬੀ ਦਾ ਸੱਪ ਕਿਹਾ ਜਾਂਦਾ ਇਸ ਖਿਲਾੜੀ ਨੂੰ ਮਾਣਾ ਤਰਾਂ ਵਾਲਾ ਖਿਲਾੜੀ ਪੇ ਮੈਦਾਨ ਦੇ ਵਿੱਚ ਜੀ ਜਿਹਨੂੰ ਅਕਬਰ ਸ਼ਹਿਜ਼ਾਦ ਦੀ ਕਬੱਡੀ ਦੇ ਨਾਲ ਪਿਆਰ ਆ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਯਾਰ ਉਹਨੂੰ ਕਸਮ ਆਪਣੇ ਮਾਂ ਪਿਓ ਦੀ ਮਾਰੋ ਤਾੜੀ ਆਏ ਹਾਏ ਹਾਏ ਆ ਜਾਂਦਾ ਪਿਆ ਕਹਿੰਦਾ ਜਾਂਦਾ ਜਦੋਂ ਕਬੱਡੀ ਦੀ ਰੇਡ ਯਾਰੋ ਬੈਠੇ ਬੜੇ ਕਬੱਡੀ ਦੇ ਸੋਹਣ ਯਾਰੋ ਹੈਗਾ ਸਭ ਤੋਂ ਤੇਜ਼ ਅਕਮਲ ਸ਼ਹਿਜ਼ਾਦ ਯਾਰੋ ਅੱਜ ਪੇੜ ਮੈਦਾਨ ਦੇ ਵਿੱਚ ਅਦਨਾਨ ਝੱਟ ਦੀ ਪਈ ਹੋਈ ਰੇਡ 303 ਧਰਤੀ ਜ਼ਿਲ੍ਹੇ ਟੋਬੇ ਦੀ ਪਾਕਿਸਤਾਨ ਆਰਮੀ ਸ਼ਕੀਲਾ ਚੱਕ ਬੰਦੇ ਮਾਰ ਜਾਫੀ ਹੋਏ ਹੋਏ ਦੋਨੇ ਚੱਕ ਅੰਦਰ ਸ਼ਕੀਲਾ ਚੱਕ ਪਾਕਿਸਤਾਨ ਆਰਮੀ ਦੇ ਦੋਨੇ ਖਿਲਾੜੀ ਹੋਏ ਹੋਏ ਹਾਏ 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 ਜਿਹਨੂੰ ਰੱਬ ਦੇਵੇ ਮਾਰੋ ਤਾਲੀ ਜਿਹਨੇ ਵੀ ਪੁਆਇੰਟ ਲਿਆ ਬੜਾ ਤਗੜਾ ਪੁਆਇੰਟ ਹੋਏਗਾ ਹਾਏ ਹਾਏ ਆਏ ਰੱਬਾ ਜਿੱਤ ਕਬੱਡੀ ਦੀ ਮਾਰੋ ਸ਼ਕੀਲੇ ਚੱਕ ਵਾਸਤੇ ਤਾਲੀ पाकिस्तान खेल मैदान ਸ਼ਹੀਦ ਆ ਪਾਕਿਸਤਾਨ ਰਾਣਾ ਅਲੀ ਸ਼ਾਨ ਨਹੀਂ ਹੈ ਪੁੱਤਰ ਆਏ ਹਾਏ ਅਬਦੁਲ ਵਾਹਿਦ ਰੰਧਾਵਾ ਦੀ ਵਿਸਲ ਦਸਤੀਆਂ ਨੇ ਮਿਹਨਤਾਂ ਇਹ ਤਾਂ ਮਿਲਦਾ ਅੱਜ ਪਈ ਹੋਈ ਕਬੱਡੀ ਸ਼ਹਿਜ਼ਾਦ ਅਕਬਰ ਡੋਗਰ ਆਏ ਹਾਏ ਉੱਡਣਾ ਸੱਪ ਆ ਗਿਆ ਤੇ ਮੈਦਾਨ ਦੇ ਵਿੱਚ ਜੀ ਆਏ ਹਾਏ ਲੱਗਿਆ ਮਲਕ ਰਾਸ਼ਲ ਮਾਰੋ ਤਾਲੀ ਦੋਵੇਂ ਸੁਪਰਸਟਾਰ ਆਏ ਹਾਏ ਹਾਏ ਇਹਨੂੰ ਪੁੱਤਰ ਡੱਕਣਾ ਬਹੁਤ ਔਖਾ ਇਹਦੇ ਨਾਲ ਰਾਣਾ ਬਦੀ ਪਾਉਣ ਵਾਸਤੇ ਹਨਾਨ ਕੁਚਰ ਖੇਡ ਮੈਦਾਨ ਦੇ ਵਿੱਚ ਐਸ ਐਮ ਜੀ ਪੀ ਨਾਲ ਤਲਕ ਆ ਇਸ ਮੁੰਡੇ ਦਾ ਔਰ ਚਰਿਸ਼ਬਾਦ ਅਲੀ ਪੰਦੇਸ਼ੇ ਦਾ ਸ਼ਗਿਰਦ ਹੈ ਔਰ ਅੱਜ ਨੁਮਾਇੰਦਗੀ ਕਰ ਰਿਹਾ ਮੁੰਡਾ ਇਸ ਵੇਲੇ ਹਾਫਿਜ਼ ਫਰਿਆਦ ਅਦਾਰੇ ਗੰਡਾ ਸਿੰਘ ਕਬੱਡੀ ਕਲੱਬ ਵੱਲੋਂ ਉੱਧਰ ਮੂਹਰੇ ਲੱਗਾ ਇਸ ਵੇਲੇ ਬਹੁਤ ਹੀ ਨੌਜਵਾਨ ਤਗੜਾ ਜਾਫੀ ਸਦਕੇ ਜਾਵਾ ਇਸ ਵੇਲੇ ਧੱਕੇ ਵੱਜਣੇ ਧੂੜ ਉੱਡਦੀ ਆ ਆ ਵੇਖੋ ਕਹਿੰਦੇ ਆਈ ਰੁੱਤ ਸ਼ਗੋਫਿਆਂ ਵਾਲੀ ਤੇ ਜੜੀਆਂ ਚੁੱਗਣ ਆਈਆਂ ਇਕਨਾਂ ਨੂੰ ਫਰ ਝੁਰੀਆਂ ਖਾਧਾ ਇਕਨਾਂ ਫਾਈਆਂ ਲਾਈਆਂ ਇਕਨਾਂ ਨੂੰ ਅੱਡੀ ਪਾਉਣ ਵਾਸਤੇ ਆਦਲ ਗਿੱਲ ਚੱਲ ਹਾਂ ਸੋਹਣਿਆ ਮੁੰਡੇ ਦੇ ਥੱਪੇ ਥੱਪੇ ਦੇ ਪਾਟਾ ਔਰ ਨੌਜਵਾਨ ਦੀ ਗੱਜ ਚੋੜੀ ਛਾਤੀ ਆ ਟਿੱਬੀਆਂ ਤੇ ਚੜ ਚੜ ਛਾਤੀ ਲਤਾੜੀ ਆ ਹਾਂਜੀ ਲਓ ਜੀ ਟਿੱਬੀਆਂ ਤੇ ਚੜ ਚੜ ਛਾਤੀ ਲਤਾੜੀ ਆ ਮੂਰਿਓ ਖਲੀਲ ਹੋਇਆ ਇਸ ਵੇਲੇ ਪੰਜਾਬ ਪੁਲਿਸ ਰਾਣਾ ਮੁਹੰਮਦ ਅਮਜਦ ਕੇਸੀ ਹੋਟਲ ਵਾਲੇ ਜੀ ਰਾਣਾ ਹਰ ਸੰਜਰਸ਼ ਸੇ ਪਾਕਿਸਤਾਨ ਆਰਮੀ ਰਾਸ਼ਦ ਜੈਸ ਬੜੀ ਮਿਹਰਬਾਨੀ ਉਸਤਾਦ ਸਾਹਿਬ ਕਾ ਸੇ ਇੰਤਹਾ ਸ਼ੁਕਰੀਆ ਚੈਰੀ ਸੀ ਸ਼ਾਨ ਆਸਨ ਰੰਧਾਵਾ ਸੇ ਸਿਟੀ ਮੈਨੇਜਰ ਜਲਾ ਆਪਕੇ ਬਟੇਕ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਨੇ ਜਨਾਬ ਯੂਥ ਵਿੰਗ ਰਾਇਲ ਕਿੰਗ ਦੇ ਜੀ ਐਨ ਕੇ ਆਇਆ ਅਦਨਾਨ ਜੱਟ ਬਾਰੇ ਦੀ ਅਦਨਾਨ ਜੱਟ ਦੀ ਪਈ ਹੋਈ ਰੇਡ ਜੀ ਲਾ ਜੀ ਅਦਨਾਨ ਜੱਟ ਦੀ ਕਬੱਡੀ ਪਈ ਆ ਤੇ ਸਕੂਲੇ ਜੱਟ ਨਾਲ ਮੁਕਾਬਲੇ ਲੇਕਿਨ ਉਧਰ ਦੇਖੋ ਚੱਪਾ ਚੱਪਾ ਚਰਗਾ ਚੱਲਿਆ ਹੋਇਆ ਆਏ ਹੋਏ ਲੱਗਦੇ ਹੋਏ ਸੇਰ ਦੇਖਾਂਗੇ 30 ਸਕਿੰਟਾਂ ਦਾ ਸਮਾਂ ਖੂਨ ਖਵਾਰ ਚਾਪੀਆਂ ਦੇ ਵਿੱਚ ਜ਼ਿਕਰ ਆਉਂਦਾ ਚੌਧਰੀ ਸ਼ਬਾਦ ਅਲੀ ਪੰਦੇਸ਼ੇ ਦਾ ਸ਼ਗੀਰ ਦਾ ਸਦਕੇ ਜਾਵਾ ਮੁਹੰਮਦ ਅਨਵਰ ਮਾਂਗਟ ਸਾਹਿਬ ਜੀ ਵੱਡਾ ਤਾਬਰ ਕਾਦੇ ਹੋਏ ਦੋਸਤ ਵੀ ਜੀ ਬੜੀ ਮਿਹਰਬਾਨੀ ਇੰਤਹਾ ਸ਼ੁਕਰੀਆ ਜੀ ਜੇ ਕਿਤੇ ਦੂਰ ਨਾ ਜਾ ਹੋਵੇ ਤੇ ਰਾਣਾ ਬਿੱਲੋ ਜੀ ਲਾ ਜੀ ਜਿੰਨੇ ਉੱਧਰ ਕਬੱਡੀ ਪਈ ਆ ਸਾਡੇ ਵੀਰ ਮਨੋਹਰ ਮਾਂਗਟ ਸਾਹਿਬ ਜੀ ਦਾ ਬਾਅਦ 1000 ਰੁਪਇਆ ਜੀ ਹਾਂਜੀ ਪੁਆਇੰਟ ਲਿਆ ਹਨਾਨ ਗੁਜਰ ਨੇ
ਸਦਕੇ ਜਾ 271 ਚੈੱਕ 400 371 ਅੱਲਾ ਜੀ ਗੰਡਾ ਸਿੰਘ 371 ਚੱਲ ਪਈ ਆਦਲ ਗਿੱਲ ਪਾਸ ਹੋਣਿਆ ਕਬੱਡੀ ਇੱਧਰ ਬੱਬਰ ਸ਼ੇਰ ਧਾਵੀ ਦੀ ਕਬੱਡੀ ਪਈ ਹੋਈ ਆ ਉੱਧਰ ਮੈਂ ਵੇਖ ਰਿਹਾ ਜਨਾਬ ਇਸ ਵੇਲੇ ਇਨਸ਼ਾਅੱਲਾ ਸਾਡੇ ਮੁਕਮੇ ਮਹਿਨਾ ਵਿੱਚ ਵੱਡਾ ਨਾਂ ਮੁਹੰਮਦ ਅਨਵਰ ਮਾਂਗੜ ਸਾਹਿਬ ਆਹ ਦੇਖ ਲਓ ਮੁੰਡੇ ਨੇ ਮੂਹਰੇ ਹੋ ਕੇ ਰਾਵਾਂ ਘੇਰੀਆਂ ਹੋਈਆਂ ਇਹਦਾ ਨਾਮ ਆ ਖਲੀਲ ਖਲੀਲ ਪਰ ਉੱਧਰ ਵੀ ਕਹਿੰਦੇ ਐਨ ਐਲ ਸੀ ਟਰਾਲਾ ਮਨੀਰ ਸਾਹਿਬ ਔਰ ਇਸ ਵੇਲੇ ਜਨਾਬ ਲੈ ਜੀ ਇਸ ਵੇਲੇ ਹਾਫਿਜ਼ ਅਦਨਾਨ ਜੱਟ ਦੀ ਪਈ ਹੋਈ ਕਬੱਡੀ ਆ ਦੇਖਦੇ ਆ ਜਨਾਬ ਕਿਹਦੇ ਨਾਲ ਹੁੰਦਾ ਟਾਕਰਾ ਚਾਰ ਚਾਫੀਆਂ ਮੂਹਰੇ ਇਹ ਲੱਗਾ ਸ਼ਕੀਲਾ ਜੱਟ ਹਾਏ 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 ਸ਼ਕੀਲਾ ਜੱਟ ਆ ਕਹਿੰਦੇ ਚੁੱਕ ਦੇ ਜੱਟਾ ਫੱਟਾ ਆ ਵੇਖਣਾ ਮੁੰਡੇ ਨੇ ਗੁੱਥਮ ਗੁੱਥੀ ਕੀਤਾ ਹੋਇਆ ਆ ਵੇਖੋ ਢਾਲਿਆ ਕਹਿੰਦੇ ਜਵੇਂ ਬੰਦ ਨੂੰ ਖੁਰੀਆਂ ਲਾਉਣ ਵਾਸਤੇ ਮਿਸਤਰੀ ਢਾਉਂਦਾ ਪਰ ਪੁਆਇੰਟ ਸ਼ਕੀਲਾ ਜੱਟ ਦਾ ਅਗਲੀ ਕਬੱਡੀ ਪਈ ਹੋਈ ਫਲਾਇੰਗਾਰ ਸਾਹਿਬ ਪਾਕਿਸਤਾਨ ਸ਼ਹਿਜ਼ਾਦ ਕਮਲ ਡੋਗਰ ਜ਼ਮੀਰ ਉਲ ਸਲਾਮ ਦੇ ਨਾਲ ਮੁਕਾਬਲਾ ਆ ਜਾਂਦਾ ਉਡਣਾ ਸੱਪ ਸ਼ੇਰ ਦਾ ਅਗਰ ਪੁਆਇੰਟ ਦਾ ਵਾਧਾ ਕਰਦਾ ਹੋਇਆ ਲਾ ਕਮਲ ਡੋਗਰ ਆਪਣਾ ਇਨਾਮ ਲੈ ਜਾ ਕੇ ਸਟੇਜ ਤੋਂ ਚੌਰੀ ਸ਼ਾਹਦ ਮਨੀਰ ਗੁੱਜਰ ਸਾਹਿਬ ਔਰ ਸਾਡੇ ਇਨਸ਼ਾਅੱਲਾ ਪੰਜਾਬ ਪੁਲਿਸ ਵੱਲੋਂ ਵੀ ਇਸ ਵੇਲੇ ਜਨਾਬ ਮੌਲੀ ਖਾਲਸ ਸਾਹਿਬ ਸਾਊਂਡ ਸਿਸਟਮ ਜੀ ਲਾਈਟ ਐਂਡ ਡੈਕੋਰੇਸ਼ਨ ਜੀ ਅਸੀਂ ਇੰਤਹਾਈ ਸ਼ੁਕਰ ਅਦਾ ਕਰਦੇ ਜੀ ਹਾਂਜੀ ਸ਼ਹਿਜ਼ਾਦ ਕਮਲ ਡੋਗਰ ਦੀ ਬਰਫ ਪਈ ਹੈ ਜਨਾਬ ਸ਼ਹਿਜ਼ਾਦ ਕਮਲ ਡੋਗਰ ਦੀ ਹੌਸਲਾ ਅਫਜ਼ਾਈ ਚੱਲ ਵੀ ਮੁੰਡਿਆ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਕਹਿੰਦੇ ਵਿੱਚ ਮੈਦਾਨੇ ਪੈਂਦੀਆਂ ਕਬੱਡੀਆਂ ਮੰਡ ਕੇ ਮਾਵਾਂ ਨੇ ਪੁੱਤਰ ਜਵਾਨ ਨੇ ਕੀਤੇ ਸੌ ਸੌ ਸਦਕੇ ਵੰਡ ਕੇ ਕਿਧਰੇ ਟੱਚ ਮਾਰਨ ਤੇ ਸਿਰ ਤੋਂ ਕੱਢ ਕੇ ਮਾਰਨ ਜਾਂਦੇ ਵਿੱਚ ਮੈਦਾਨ ਦੇ ਜਿਸੇ ਛੰਡ ਕੇ ਲਾ ਮੁੰਡੇ ਨੇ ਕਹਿੰਦੇ ਛੰਡ ਕੇ ਮਾਰਿਆ ਜੀ ਆ ਜਾਂਦੇ ਟੱਕਰ ਪਾਕਿਸਤਾਨ ਆਰਮੀ ਜਿਹਨੂੰ ਰੋਬ ਦੇਵੇ ਇੱਕੋ ਜਿਹੀਆਂ ਜਵਾਨੀਆਂ ਇੱਕੋ ਜਿਹਾ ਤਜਰਬਾ ਆਏ ਕਬੱਡੀ ਕਲੱਬ ਦਾ ਖੂਨ ਖਾਰ ਜਾਫੀ ਇੱਕ ਪਾਸੇ ਆਦਲ ਗਿੱਲ ਇੱਕ ਪਾਸੇ ਮਲਕ ਰਾਸ਼ਦ ਮਾਰੋ ਤਾੜੀ ਮਾਰ ਦੋ ਯਾਰ ਤਾੜੀ ਮਾਰ ਦੋ ਛੋਟਾ ਮਾਨੀ ਲੇਕਿਨ ਪੁਆਇੰਟ ਉਮਰ ਗੁੱਜਰ ਦੇ ਖਾਤੇ ਜੁੜਦਾ ਹੋਇਆ ਚੱਲ ਪਈ ਪਾਕਿਸਤਾਨ ਦਾ ਸਭ ਤੋਂ ਤੇਜ਼ ਤਰਾਰ ਕਬੱਡਰ ਫਲਾਇੰਗਾਰ ਸਾਹਿਬ ਪਾਕਿਸਤਾਨ ਸ਼ਹਿਜ਼ਾਦ ਅਕਮਲ ਡੋਗਰ ਮੂਹਰੇ ਹੋ ਗਿਆ ਜ਼ਮੀਰ ਉਲ ਸਲਾਮ ਨਸੀਰ ਜੱਟ ਦਾ ਬਬਰ ਸ਼ੇਰ ਲੇਕਿਨ ਪੁਆਇੰਟ ਇਸ ਵਿੱਚ ਵੀ ਅਭੀ ਮਿਲ ਜਾਂਦੇ ਆ ਇਹ ਸਾਡੇ 297 ਦੀ ਧਰਤੀ ਨੂੰ ਸ਼ਰਫ ਹਾਸਲਾ ਜਿੱਥੇ ਉੱਚੇ ਉੱਚੇ ਸੁੱਚੇ ਬਣਾਉਣੇ ਆਏ ਆ ਰਾਇਲ ਕਿੰਗ ਚੇਅਰਮੈਨ ਯੂਐਸਏ ਇਮਰਾਨ ਚੌਧਰੀ ਵੀ ਨੇ ਦਿੱਤਾ ਅੱਜ ਮਾਣ ਵੱਧ ਗਿਆ ਸਾਡਾ ਸਾਡੇ ਤਮਾਮ ਦੋਸਤਾਂ ਦਾ ਸਾਡੇ ਇਸ ਗਾਂ 297 ਦਾ ਆਇਆ ਰੇਡਰ ਰੇਡ ਤੇ ਆਉਂ ਜਾਂਦਾ ਪਿਆ ਫਿਰ ਮਲਕ ਰਾਜ ਨੂੰ ਆ ਟੱਚ ਮਾਰ ਕੇ ਜੀ ਚਾਰ ਜਾਤੀਆਂ ਤੇ ਬੋਲਦਾ ਹੋਇਆ ਧਾਵਾ ਦੇਖਾਂਗੇ ਕਿਹਦੇ ਨਾਲ ਟੱਕਰ ਅੱਗੇ ਪਾਕਿਸਤਾਨ ਆਰਮੀ ਦਾ ਪੂਰਾ ਸੈੱਟ ਸ਼ਕੀਲਾ ਜੱਟ ਇੰਟਰਨੈਸ਼ਨਲ ਖਿਡਾਰੀ ਆਏ ਛੋਟਾ ਮਾਨੀ ਵੱਡਾ ਮਾਨੀ ਲਾਗਰ ਸ਼ਕੀਲੇ ਜੱਟ ਨੂੰ ਮਾਰਿਆ ਟੱਚ ਨੱਚਦਾ ਟੱਪਦਾ ਜਾਂਦਾ ਜੀ ਕਹਿੰਦਾ ਕਰਕੀ ਬਿਜਲੀ ਤੇ ਥਾਂਤੇ ਵੇਖੋ ਦੋਸਤੋ ਕੈਸਾ ਪ੍ਰੋਗਰਾਮ ਆਇਆ ਅੱਡੀਆਂ ਚੁੱਕ ਚੁੱਕ ਕੇ ਵੇਖਣ ਮੈਦਾਨ ਅੰਦਰ ਜਦੋਂ ਦੌੜਦਾ ਉਮਰ ਗੁਜਰ ਆਇਆ ਜਦੋਂ ਦੌੜਦਾ ਉਮਰ ਗੁਜਰ ਆਇਆ ਜੀ ਚੱਲ ਆਦਲ ਗਿੱਲ ਫਿਰ ਮਾਰੇ ਤੇ ਆਦਲ ਗਿੱਲ ਦੀ ਪਈ ਹੋਈ ਕਬੱਡੀ ਆ ਇੱਕ ਕੰਨੀ ਤੇ ਖਲੀਲ ਆ ਦੂਜੀ ਤੇ ਹਾਂਜੀ ਰਾਸ਼ਦ ਮਲਕ ਲੱਗ ਗਿਆ ਮਲਕ ਜੀ ਜੱਫਾ ਹੋ ਗਿਆ ਤੇ ਵੱਡੇ ਨਮਾਜ਼ ਹੋਣਗੇ ਹਾਏ 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 ਸਰਦਾਰ ਸ਼ਾਹ ਮਨੀਰ ਗੁਜਰ ਸਾਹਿਬ ਤੁਹਾਡੀਆਂ ਅੱਖਾਂ ਦੇ ਮੂਹਰੇ ਜੱਫਾ ਲੱਗਾ ਸਦਕੇ ਜਾਵਾਂ ਚੌਧਰੀ ਮਨਵਰ ਮਾਂਗੜ ਸਾਹਿਬ
ਐਸੇ ਤਗੜਾ ਜੱਫਾ ਰਾਸ਼ਦ ਮਲਿਕ ਦਾ ਔਰ ਜਨਾਬ ਮੌਲਵੀ ਖਾਲਸ ਹਾਂਜੀ ਸਰ ਸਾਹਿਬ ਇਨਸ਼ਾਅੱਲਾ ਉਹਨਾਂ ਵੱਲੋਂ ਵੀ ਰਬਾਦ ਦਾ ਜ਼ਿੰਦਾਬਾਦ ਬੈਂਡਨ ਸ਼ੁਕਰੀਆ ਮੁਹੱਬਤਾਂ ਦਾ ਐਸੇ ਜਨਾਬ ਦੇਖਦੇ ਆ ਨਾਨ ਗੁੱਜਰ ਦੀ ਕਬੱਡੀ ਪਈ ਹੋਈ ਆ ਦੇਖਦੇ ਆ ਕਿਹਦੇ ਨਾਲ ਹੁੰਦੇ ਆ ਟੱਕਰ ਛੋਟਾ ਮਾਨੀ ਸਦਕੇ ਜਾਵਾਂ ਐਸੇ ਮੁਕਾਬਲਾ ਕਰਦਾ ਹੋਇਆ ਬੱਲੇ ਬੱਲੇ ਨਹੀਂ ਮੁਹੰਮਦ ਇਫਤਖਾਰ ਸਾਹਿਬ ਆਹ ਦੇਖੋ ਮੁੰਡਾ ਕਹਿੰਦੇ ਪੁਆਇੰਟ ਲੈ ਕੇ ਭੱਜਾ ਜਾਂਦਾ ਉੱਧਰ ਚੇਅਰਮੈਨ ਯੂਐਸਏ ਰਾਇਲ ਕਿੰਗ ਇਨਸ਼ਾਅੱਲਾ ਕਬੱਡੀ ਦੇ ਸ਼ਹਿਨਸ਼ਾਹ ਚੌਰੀ ਇਮਰਾਨ ਯੂਐਸਏ ਵਾਲੇ ਆਲਮ ਜਵੇਦ ਚਿਸ਼ਤੀ ਸਾਹਿਬ ਸੈਕਟਰੀ ਟੋਬਾ ਟੇਕ ਸਿੰਘ ਕਬੱਡੀ ਫੈਡਰੇਸ਼ਨ ਦੇ ਇੰਤਹਾਈ ਸ਼ੁਕਰੀਆ ਮਿਹਰਬਾਨੀ ਕੇਸੀ ਹੋਟਲ ਵਾਲੇ ਅਮਰ ਗੁੱਜਰ ਫਿਰ ਵਾਰੇ ਤੇ ਬੜਿਆ ਹੋਇਆ ਜੀ ਲੋਹਣਾ ਹੋਇਆ ਰੇਡ ਕੇ ਖੇਡ ਮੈਦਾਨ ਦੇ ਵਿੱਚ ਜੀ ਕਹਿੰਦਾ ਅਮਰ ਗੁੱਜਰ ਅਣਖੀ ਪੁੱਤ ਪੰਜਾਬ ਦਾ ਇਹ ਇਸ ਤੇ ਤੀਰਾ ਮਾਣ ਇਹ ਸ਼ਿਮਲਾ ਹੈ ਬਾਪ ਦੀ ਪੱਗ ਦਾ ਅੱਤੇ ਮਾਂ ਦੇ ਸਿਰ ਦੀ ਸ਼ਾਨ ਪੁੱਤਰ ਚੰਮਿਆ ਮਾਂ ਦੇ ਸੁਰਮਾ ਜਿਹਦੀ ਸੱਚ ਮੈਦਾਨ ਦੇ ਤੇ ਕੱਲਾ ਵੀ ਜਿਵੇਂ ਲੱਖ ਅਮਰ ਗੁੱਜਰ ਰੇਡਾ ਪਾਉਂਦਾ ਹੋਇਆ ਪਿੰਡ ਮੈਦਾਨ ਦੇ ਵਿੱਚ ਪਾਕਿਸਤਾਨ ਵਾਪਦਾ ਲਾ ਜੀ ਇੱਧਰ ਇੱਕ ਵਾਰੀ ਫੇਰ ਮੁੰਡੇ ਨੇ ਕਹਿੰਦੇ ਬਹੁਤ ਹੀ ਅੱਛੇ ਤਰੀਕੇ ਨਾਲ ਪਗਲਾਂ ਭਰੀਆਂ ਹੋਈਆਂ ਤੇ ਸਾਂਢੂਆਂ ਵਾਲੀ ਜੱਫੀ ਪਾ ਕੇ ਮੁੰਡੇ ਨੇ ਦਿਖਾਤੀ ਅੱਜ ਤਾਂ ਕਹਿੰਦੇ ਈਦ ਤੇ ਸਾਂਢੂ ਜੱਫੀ ਪਾਉਂਦੇ ਆ ਜਿੱਦਾਂ ਅੱਜ ਇਹਨਾਂ ਨੇ ਪਾਈ ਆ ਤਾੜੀਆਂ ਮਾਰ ਦੋ ਮੇਰੇ ਵੀਰੇ ਜੇ ਸਵਾਦ ਆਇਆ ਆਏ ਹਾਏ ਹਾਏ ਕਹਿੰਦੇ ਸੁੱਤੀ ਪਈ ਨੂੰ ਮਾਹੀ ਮਿਲਿਆ ਗਲ ਵਿੱਚ ਪਾ ਲਈਆਂ ਬਾਹਾਂ ਕਰਦੀ ਮਾਰੀ ਅੱਖ ਨਾ ਖੋਲ ਪਿੜ ਮੈਦਾਨ ਦੇ ਵਿੱਚ ਹਾਜੀ ਮੁਹੰਮਦ ਜਨੀਬ ਸੇ 349 ਵਾਲੇ ਪਿੜ ਮੈਦਾਨ ਦੇ ਵਿੱਚ ਜੀ ਹਾਜੀ ਸਫਰ ਸਾਹਿਬ ਜੀ ਇੰਤਹਾ ਸ਼ੁਕਰੀਆ ਮੈਂ ਇਧਰੋਂ ਬੁਲਾ ਜੇ ਡਾਕਟਰ ਸਾਹਿਬ ਅੱਲਾ ਹਾਏ 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 ਪਾਸੇ ਹੋ ਜਾਓ ਪਰੇ ਹੋ ਜਾਓ ਕੌਣ ਖਾਰ ਦੋਨੇ ਖਿਲਾੜੀ ਓ ਹਾਏ 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 ਦੇਖੋਗੇ ਕੀ ਇਸ ਕੰਡਾ ਦਾ ਸਮਾਂ ਕਦੀ ਕਰਦੀ ਹੈ ਟਿਕ ਟਿਕ ਸ਼ਕੀਲਾ ਜੱਟ ਲਾ ਗਿਆ ਆਏ ਅਜਨਾਨ ਜੱਟ ਪਾਕਿਸਤਾਨ ਆਰਮੀ ਦੇ ਖਿਲਾੜੀ ਨਾਲ ਦੇ ਤਾੜੀ ਲਾ ਜੀ ਐਡਾ ਵੱਡਾ ਸਟੇਜ ਹੈ ਕਮ ਸੇ ਕਮ 10,000 ਰੁਪਇਆ ਹੋਣਾ ਚਾਹੀਦਾ ਜੱਫੇ ਦਾ ਆਏ ਸ਼ਕੀਲਾ ਦੇ ਤਾੜੀ ਆਇਆ ਸ਼ਕੀਲਾ ਆਇਆ ਸਿੱਧਾ ਜਾ ਸ਼ਕੀਲਾ ਰੋਇਲ ਕਿੰਗ ਦੇ ਚੇਅਰਮੈਨ ਯੂਐਸਏ ਇਮਰਾਨ ਸ਼ਾਹ ਸਟੇਜ ਤੇ ਜਾਣਾ ਇਮਰਾਨ ਚੱਲ ਪਈ ਆਦਲ ਪਾ ਕਬੱਡੀ ਕਿਲਾ ਮੂਰੇ ਚਾਰ ਜਾਫੇ ਵਿੱਚੋਂ ਕਿਹੜਾ ਸਾਣ ਹੁੰਦਾ ਮੂਰੇ ਆ ਕਹਿੰਦੇ ਮੁੰਡਾ ਹੋਇਆ ਸੁਣੋ ਬੱਬਰ ਸ਼ੇਰ ਦੇਖਦੇ ਜਨਾਬ ਆਦਲ ਕਿਲ ਪੁਆਇੰਟ ਦਾ ਵਾਅਦਾ ਕਰ ਗਿਆ 25 ਨੰਬਰ